ਗੁੱਡ ਮੋਰਨਿੰਗ ਐਵਰੀਵਨ। ਸੋ ਅੱਜ ਆਪਾਂ ਦਿਨ ਦੀ ਸ਼ੁਰੂਆਤ ਕੀਤੀ ਆ ਕਾਫੀ ਦੇ ਕੱਪ ਦੇ ਨਾਲ, ਤੇ ਪਹਿਲਾਂ ਪੀਵਾਂਗੇ ਕਾਫੀ ਤੇ ਫਿਰ ਉਸ ਤੋਂ ਦੇਖਦੇ ਆ ਆਪਾਂ ਨੈਕਸਟ ਕੀ ਕਰਨਾ ਆ। ਹਾਂਜੀ ਸਾਰਿਆਂ ਨੂੰ, ਤੇ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਜਿਹੜੇ ਪਰਦੇਸੀ ਪੰਛੀ ਨੇ ਉਹ ਛੁੱਟੀ ਦੇ ਦਿਨ ਤੇ ਕੀ ਕਰਦੇ ਨੇ। ਸੋ ਅੱਜ ਸਵੇਰੇ ਪਰਦੇਸੀ ਉੱਠੇ ਤੇ ਸਭ ਤੋਂ ਪਹਿਲਾਂ ਯਾਦ ਆਇਆ ਕਿ ਗਰੋਸਰੀ ਲਿਆਉਣ ਵਾਲੀ ਆ, ਤੇ ਫਿਰ ਅਸੀਂ ਨਿਕਲ ਗਏ ਪਹਿਲਾਂ ਗਰੋਸਰੀ ਲਿਆਉਣ ਵਾਸਤੇ। ਤੇ ਸਭ ਤੋਂ ਪਹਿਲਾਂ ਪਰਦੇਸੀਆਂ ਨੇ ਲਿਆ ਆ ਕੌਫੀ ਦਾ ਕੱਪ, ਕਿਉਂਕਿ ਘਰੇ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ। ਘਰੇ ਟਾਈਮ ਵੇਸਟ ਕਰਨ ਨਾਲੋਂ ਚੰਗਾ ਇਹ ਹੈ ਕਿ ਕੱਪ ਚੱਕੋ, ਗਰੋਸਰੀ ਲਿਆਓ, ਇੰਨਾ ਟਾਈਮ ਨਿਆਣੇ ਵੀ ਨਹੀਂ ਦਿੰਦੇ ਹੈਗੇ। ਨਾਲੇ ਅਸੀਂ ਪੀਂਦੇ ਹਾਂ ਕੌਫੀ ਦਾ ਕੱਪ, ਤਾਂ ਚਲੋ ਵਿਖਾਉਂਦੇ ਹਾਂ ਫਿਰ ਅਸੀਂ ਚੱਕਿਆ ਨਿਆਣਾ ਵੀ ਨਾਲ। ਹੈਲੋ ਕਰ ਦਿਓ ਨਾ ਤਾਂ, ਹੈਲੋ। ਦੇਖਿਆ ਇਹ ਪਰਦੇਸੀਆਂ ਦੇ ਨਿਆਣੇ ਪੂਰੇ ਟ੍ਰੇਨ। ਸੋ ਇੱਦਾਂ ਹੀ ਹੱਸਦੇ ਖੇਡਦੇ ਆਪਾਂ ਨਾਲ ਨਾਲ ਪੀਂਦੇ ਗਏ ਕੌਫੀ, ਅਤੇ ਫਿਰ ਅਸੀਂ ਪਹੁੰਚ ਗਏ ਗਰੋਸਰੀ ਸਟੋਰ 'ਤੇ। ਸੋ ਜੋ ਜੋ ਵੀ ਆਪਾਂ ਲੈਣਾ ਸੀ ਉਹ ਸਾਰਾ ਕੁਝ ਇਕੱਠਾ ਕੀਤਾ, ਸਮਾਨ ਪਾਇਆ ਟਰੋਲੀ ਦੇ ਵਿੱਚ, ਅਤੇ ਇੱਧਰ ਟਿੱਡੂ ਨੂੰ ਲੱਗੀ ਸੀ ਭੁੱਖ, ਸੋ ਉਹਨੇ ਲੈ ਲਿਆ ਸੀ ਬਣਾਉਣਾ। ਫਿਰ ਸਾਰਾ ਕੁਛ ਫਾਈਨਲ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਹਾਂ ਜੀ ਪੇ ਕਰਨ ਵਾਸਤੇ ਕਾਊਂਟਰ 'ਤੇ। ਸੋ ਪੇ ਕਰਨ ਤੋਂ ਬਾਅਦ ਅਸੀਂ ਰੱਖਿਆ ਆਪਣਾ ਸਮਾਨ ਗੱਡੀ ਦੇ ਵਿੱਚ, ਅਤੇ ਫਿਰ ਮੈਨੂੰ ਕੁਛ ਕੁ ਲਾਈਨਾਂ ਚੇਤੇ ਆ ਗਈਆਂ। ਮਹਿੰਗਾਈ ਹੱਦੋਂ ਪਾਰ ਹੈ ਸੱਜਣਾ, ਜ਼ਿੰਮੇਵਾਰੀ ਦਾ ਭਾਰ ਹੈ ਸੱਜਣਾ, ਚੁੱਪ ਕਰਕੇ ਢੋਈ ਜਾ ਸੱਜਣਾ, ਕਿਉਂਕਿ ਕਰਾ ਲਿਆ ਹੈ ਹੁਣ ਤੂੰ ਵਿਆਹ ਹੈ ਸੱਜਣਾ। ਸੋ ਮਹਿੰਗਾਈ ਦਾ ਹੋ ਗਿਆ ਸਾਰੇ ਪਾਸੇ ਬੁਰਾ ਹਾਲ। ਸੋ ਇੱਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਹਾਂ ਘਰੇ। ਸੋ ਇਹ ਸੀ ਅੱਜ ਦਾ ਛੋਟਾ ਜਿਹਾ ਮਿੰਨੀ ਵਲੋਗ, ਅਤੇ ਹੁਣ ਅਸੀਂ ਰੱਖਾਂਗੇ ਗਰੋਸਰੀ ਘਰੇ, ਅਤੇ ਫਿਰ ਦੇਖਾਂਗੇ ਕਿ ਬਾਕੀ ਰੈਸਟ ਆਫ ਦਾ ਡੇ ਆਪਾਂ ਕੀ ਕਰਨਾ ਹੈ। ਸੋ ਮਿਲਦੇ ਹਾਂ ਆਪਾਂ ਨੇ ਕਿ ਨੈਕਸਟ ਵਲੋਗ ਦੇ ਵਿੱਚ। ਬਾਏ ਬਾਏ।